हाँ जी अस्सलाम वालेकुम जी। ये जी करतब निगार आया जी साढ़े पिंड दे विच लफकताली 15 हैल दे विच, ते असी आज जी इस वीडियो जिहड़ी अपने कास्ट कर ली है जी, बना ली है वीडियो लफकताली 15 हैल दे विच। हाँ जी तुहाडा की नाम है जी? मोहम्मद इकबाल। किहड़े इलाके चो आए जी? इत्थे बैठे हां 20 चक विच। 20 ਕਿਹੜਾ 8 ਬੀਆਰ? ਹਾਂ 20 8 ਬੀਆਰ। ਅੱਛਾ ਕਿੰਨੇ ਅਰਸੇ ਤੋਂ ਇਹ ਕਰਤਬ ਕਰ ਰਹੇ ਜੀ ਤੁਸੀਂ? ਇੱਥੇ ਬੜੇ ਬਚਪਨ ਤੋਂ ਸ਼ੁਰੂ ਕਰਨੇ ਆ। ਅੱਛਾ ਤੇ ਤੁਹਾਡੇ ਬਜ਼ੁਰਗ ਵੀ ਇਹ ਕੰਮ ਕਰਦੇ ਰਹੇ ਨੇ? ਹਾਂ 14 ਚੱਕ ਚ ਤੁਲਿਆਂ ਲੱਕ ਸਵਾਲ ਦੇ ਕੋਲ। ਠੀਕ ਹੈ। ਉੱਥੇ ਰਹਿਸ਼ੀ ਆ ਸੀ। ਉੱਥੋਂ ਦੇ ਰਹਿਸ਼ੀ ਜੀ। ਹਾਂਜੀ। ਤੇ ਦੋਨੋਂ ਕਿੰਨੇ ਸਾਲ ਹੋ ਗਏ ਨੇ ਕੰਮ ਕਰਦੇ ਨੂੰ? ਯਾਨੀ ਕਿ ਬਚਪਨ ਤੋਂ ਹੀ ਕਰਨੇ ਆ ਅਸੀਂ। ਅੱਛਾ ਠੀਕ ਹੈ। ਤੇ ਉਹ ਦਾਦੇ ਦਾ ਜੋ ਕੰਮ ਆ ਮੌਂਕੀ ਨੇ ਚਾਣਾ। ਮੌਂਕੀ ਨੇ ਚਾਵਣਾ ਹੈ। ਹਾਂ ਠੀਕ ਹੈ। ਸਾਡੇ ਪਿੰਡ 'ਚ ਪਹਿਲੀ ਦਫਾ ਆਏ ਜੀ? ਨਹੀਂ ਜੀ, ਸ਼ੁਰੂ ਤੋਂ ਆਉਂਦੇ ਆ ਜੀ। ਸ਼ੁਰੂ ਤੋਂ ਆਉਂਦੇ ਜੀ? ਹਾਂ। ਅੱਛਾ ਠੀਕ ਹੈ। ਤੇ ਸਾਨੂੰ ਇਹ ਵਿਖਾਓ ਆਪਣੇ ਬਾਂਦਰੀ ਦਾ ਕੋਈ ਕਰਤਬ, ਐਪਰੀਸ਼ੀਏਟ ਕਰਾਂਗੇ ਤੁਹਾਨੂੰ। ਹਾਂਜੀ ਲਓ ਜੀ ਬਾਂਦਰੀ ਦਾ। ਸਲੂਟ ਵੀ ਲਗਾ ਦੇ। ਹਾਂ ਸਲੂਟ ਵਿਖਾਓ ਜੀ। ਦੁਆ ਕਰਦੇ ਨੀ ਆ ਚੋਰੀ ਤਨ ਬੜਾ ਕੁਛ ਦੇਗਾ ਰੱਬ ਦੇ ਰਾਤ। ਇੱਥੇ ਹੋਰ ਵੀ ਕੁਛ ਕਰਦੀ ਹੈ? ਵੈਸੇ ਹੀ ਕਰਦੀ ਹੈ, ਨਵੀਂ ਲਿਆਂਦੀ ਹੈ ਨਾ। ਅੱਛਾ ਨਾ ਕੀ ਕਰਦੀ? ਕਿਹੜੇ ਇਲਾਕੇ 'ਚ ਲਿਆਂਦੀ ਹੈ? ਇਹ ਮੁਲਤਾਨਾ ਲਿਆਉਂਦੇ ਹਾਂ ਅਸੀਂ। ਮੁਲਤਾਨੋਂ ਬੱਚੇ ਲਿਆਂਦੇ ਜੇ? ਹਾਂਜੀ। ਮਾਂ ਤੋਂ ਬਗੈਰ ਕਿਵੇਂ ਪਾਲ ਲੈਂਦੇ ਜੀ ਫਿਰ? ਬਸ ਰੋਟੀ ਦੁੱਧ ਪਾਈ ਰੱਖਿਆ, ਮੁੜ ਆਪੇ ਵੱਡੀ ਹੋ ਜਾਂਦੀ। ਅੱਛਾ ਠੀਕ ਹੈ। ਵਾਹ ਬਾਈ ਵਾਹ ਵਾਹ। ਇਹ ਵੇਖੋ ਜੀ ਲਫਕਤਾਲੀ 15 ਹੈਲ ਸਾਡੇ ਪਿੰਡ ਦੇ ਵਿੱਚ ਆਇਆ ਸੀ ਮਦਾਰੀ ਵਾਲਾ ਜੀ, ਬਾਂਦਰੀ ਦਾ ਦੋਨੋਂ ਵਿਖਾ ਰਿਹਾ ਜੀ। ਇਹ ਦੋਨੋਂ ਕਰਤਬ ਵਿਖਾਉਣ ਦਾ ਰਹਿ ਜਾਏਗਾ ਜੀ। ਵੇਖੋ ਜੀ ਯਾਦ ਹੈ ਜੀ ਬਚਪਨ ਤੋਂ ਹੀ ਮੈਂ ਕੰਮ ਕਰ ਰਿਹਾ, ਸਾਡੇ ਦਾਦੇ ਪੜਦਾਦੇ ਸੀ ਨਾ ਜਿਹੜੇ ਬਜ਼ੁਰਗ, ਇਹ ਸ਼ੁਰੂ ਤੋਂ ਹੀ ਟੁਰੇ ਆਉਂਦੇ ਨੇ ਜੀ, ਇਹ ਕੰਮ ਕਰਦੇ ਨੇ ਜੀ ਬਾਂਦਰੀਆਂ ਮੌਂਕੀ ਡਾਂਸਿੰਗ ਦਾ। ਦੇਖੋ ਜੀ ਵਾਹ ਬਾਈ ਵਾਹ, ਵਾਹ ਬਾਈ ਵਾਹ, ਵਾਹ ਬਾਈ ਵਾਹ, ਆਹ ਆਹ ਜ਼ਿੰਦਾਬਾਦ ਜ਼ਿੰਦਾਬਾਦ, ਵਾਹ ਬਾਈ ਵਾਹ ਬਾਈ ਵਾਹ, ਵਾਹ ਬਾਈ ਵਾਹ। ਠੀਕ ਹੈ ਜਨਾਬ, ਬਹੁਤ ਸ਼ੁਕਰੀਆ, ਥੈਂਕ ਯੂ, ਅੱਲਾ ਪਾਕ ਖੁਸ਼ ਰੱਖੇ, ਤੁਸੀਂ ਟਾਈਮ ਕੱਢਿਆ ਸਾਡੇ ਵਾਸਤੇ ਅਤੇ ਕਲਿੱਪ ਜਿਹੜਾ ਦਿੱਤਾ, ਮਜ਼ੀਦ ਅਸੀਂ ਤੁਹਾਡੇ ਨਾਲ ਰਾਬਤਾ ਕਰਦੇ ਰਹਾਂਗੇ ਅਤੇ ਉਸ ਚੱਕ 'ਚ ਵੀ ਤੇਰੇ ਸਪੈਸ਼ਲ ਆਵਾਂਗੇ, ਕੋਈ ਵੀਡੀਓ ਹੋਰ ਵੀ ਚਾਹੀਦੇ ਹੋਈ ਨਾ ਤਾਂ ਅਸੀਂ ਬਣਾਇਆ ਕਰਾਂਗੇ ਜੀ। ਹਾਂ ਅੱਲਾ ਪਾਕ ਜਨਾਬ ਤੁਹਾਨੂੰ ਖੁਸ਼ ਰੱਖੇ ਅਤੇ ਬਹੁਤ ਸ਼ੁਕਰੀਆ, ਅਤੇ ਆਪਣੇ ਸਾਡੇ ਪਿੰਡ 'ਚ ਆਏ ਜੀ, ਤੁਸੀਂ ਹਮੇਸ਼ਾ ਖੁਸ਼ ਰਹੋ ਜੀ। ਓਕੇ ਅਸਲਾਮ ਵਾਲੇਕੁਮ।